पंजाब के खजाने तो पिछले समय से वड्डे डाके जिहड़े मारे गए लोगों का जिहड़ा खजाना सी उहदा गलत इस्तेमाल किया गया इत्थे तरह तरह के माफिया जिहड़े उह चलते रहे आ सो साडी जिम्मेवारी बनती है जे लोगों ने सानू एडा वड्डा मैंडेट दिता है कि जिहड़ा लोगों के नाल धक्का होया लोगों का पैसा खाधा गया एक एक पैसे का जिहड़ा हिसाब है वो लोगों नू लैके दिए नाले तुसीं देखो साडे नहीं नहीं कोई वेंडेटा नहीं साडे आपदे मंत्रियां लई वेंडेटा साडा जे असीं आपदे मंत्री ते कारवाई कर सकते हैं ਤਾਂ ਫਿਰ ਜਿਨ੍ਹਾਂ ਨੇ ਦੂਜੀਆਂ ਪਾਰਟੀਆਂ ਨੇ ਜਿਹੜੇ ਪੰਜਾਬ ਨੂੰ ਲੁੱਟਦੇ ਰਿਹਾ ਸੀ ਉਹਨਾਂ ਨੂੰ ਕਿਵੇਂ ਬਖਸ਼ ਸਕਦੇ ਹਾਂਗੇ ਇਹਨਾਂ ਦੇ ਸਮੇਂ ਚੱਲਦਾ ਹੁੰਦਾ ਸੀ ਕਿਉਂਕਿ ਨਾ ਇੱਕ ਮਿੰਟ ਅਤੇ ਮਾਈਨਿੰਗ ਪੰਜਾਬ ਦਾ ਵੱਡਾ ਮੁੱਦਾ ਰਹੀ ਹੈ ਜੀ ਮਾਈਨਿੰਗ 'ਤੇ ਲੈ ਕੇ ਬਹਿਸ ਹੋਣੀ ਸੀ ਕਿਉਂਕਿ ਪਿਛਲੇ ਸਮੇਂ 'ਚ ਹੁਣ ਦੇਖੋ ਇੱਕ ਐੱਮ ਐੱਲ ਏ ਵੀ ਅੰਦਰ ਕੀਤੇ ਅੱਜ ਵੀ ਮੈਂ ਸਾਬਕਾ ਮੰਤਰੀ ਜੀ ਨੇ ਕਿਹਾ ਕਹਿੰਦੇ ਜੀ ਤੁਹਾਡੀ ਪਾਰਟੀ ਨੇ ਉਦੋਂ ਮੁੱਦਾ ਚੱਕਿਆ ਜਨਾਲੇ ਹਲਕੇ 'ਚ ਮਾਈਨਿੰਗ ਦਾ ਕਹਿੰਦੇ ਮਾਈਨਿੰਗ ਫਿਰ ਵੀ ਚੱਲਦੀ ਰਹੀ ਮੁੜ ਕੇ ਡੇਢ ਸਾਲ ਤੁਸੀਂ ਬੋਲੇ ਨਹੀਂ ਮੈਂ ਅੰਦਰ ਵੀ ਕਿਹਾ ਵੀ ਤੁਸੀਂ ਉਦੋਂ ਮੰਤਰੀ ਸੀ ਤੁਹਾਡਾ ਗਵਾਂਢੀ ਹਲਕਾ ਸੀ ਅਜਨਾਲਾ ਜੇ ਮਾਈਨਿੰਗ ਚੱਲਦੀ ਸੀ ਤਾਂ ਤੁਹਾਡੇ ਧਿਆਨ 'ਚ ਸੀ ਫਿਰ ਤੁਸੀਂ ਉਦੋਂ ਕਾਰਵਾਈ ਨਹੀਂ ਕੀਤੀ ਸੋ ਸਾਡੀ ਹੁਣ ਸਰਕਾਰ ਆਈ ਹੈ ਜਿਹੜੇ ਵੀ ਲੋਕਾਂ ਨੇ ਪਹਿਲਾਂ ਲੁੱਟ ਸੁੱਟ ਕੀਤੀ ਆ ਉਹਨਾਂ ਸਾਰੇ ਲੋਕਾਂ 'ਤੇ ਕਾਰਵਾਈ ਹੋਊ ਚਾਹੇ ਮਾਈਨਿੰਗ ਵਾਲੇ ਹੋਣ ਚਾਹੇ ਸ਼ਰਾਬ ਵਾਲੇ ਹੋਣ ਚਾਹੇ ਕਿਸੇ ਨੇ ਗਰਾਂਟਾਂ 'ਚੋਂ ਪੈਸੇ ਖਾਧੇ ਆ ਬਖਸ਼ਿਆ ਜਿਹੜਾ ਉਹ ਕਿਸੇ ਨੂੰ ਨਹੀਂ ਜਾਊਗਾ ਜਿੰਨਾ ਟਾਰਗੇਟ ਰੱਖਿਆ ਗਿਆ ਸਰਕਾਰ ਨੇ ਇੱਕ ਵੀ ਵਾਰ ਉਹ ਟਾਰਗੇਟ ਅਚੀਵ ਨਹੀਂ ਕੀਤਾ ਕੋਈ ਨਹੀਂ ਜੀ ਐਤਕੀ ਅਸੀਂ ਕਰਾਂਗੇ ਲੋਕਾਂ ਨੇ ਵੋਟਾਂ ਵਾਲੀ ਜਿਹੜੀ ਪਿਰਤ ਵੀ ਜਿਹੜੀ ਤੋੜੀ ਹੈਗੀ ਲੋਕਾਂ ਨੇ ਬਦਲਾਅ ਲਈ ਜਿਹੜਾ ਸਾਨੂੰ ਲੈ ਕੇ ਆਉਂਦਾ ਸੋ ਅਸੀਂ ਇੱਕ ਨਵੀਂ ਪਿਰਤ ਜਿਹੜੀ ਅਸੀਂ ਸ਼ੁਰੂ ਕਰਾਂਗੇ ਟਾਰਗੇਟ ਤੋਂ ਜਿਹੜਾ ਅਸੀਂ ਵਧਾਵਾਂਗੇ ਪੰਜਾਬ ਸਰਕਾਰ ਦੀ ਮਾਈਨਿੰਗ ਪਾਲਿਸੀ ਤੇ ਰੋਕ ਲਗਾ ਦਿੱਤੀ ਗਈ ਹੈ ਹਾਈ ਕੋਰਟ ਦੇ ਵੱਲੋਂ ਫੈਸਲਾ ਇੱਕ ਜਣਾ ਸਵਾਲ ਕਰ ਮਾਈਨਿੰਗ ਪਾਲਿਸੀ ਤੇ ਜਿਹੜੀ ਆਬਕਾਰੀ ਪਾਲਿਸੀ ਤੇ ਰੋਕ ਲਗਾ ਦਿੱਤੀ ਗਈ ਹੈ ਸ਼ਰਾਬ ਵਾਲੀ ਐਕਸਾਈਜ਼ ਪਾਲਿਸੀ ਮੇਰੇ ਧਿਆਨ 'ਚ ਨਹੀਂ ਇਹਦਾ ਫਿਰ ਲੀਗਲੀ ਅਸੀਂ ਚੈੱਕ ਕਰਾਂਗੇ ਕੋਰਟ ਦੇ ਵਿੱਚ ਆਪਣਾ ਜਿਹੜਾ ਪੱਖ ਹੈ ਉਹ ਰੱਖਾਂਗੇ ਮੈਨੂੰ ਲੱਗਦਾ ਨਹੀਂ ਵੀ ਕੋਈ ਪਤਾ ਨਹੀਂ ਕੀ ਕਾਰਨ ਰਹੇ ਹੋਣੇ ਆ ਪਰ ਮੈਨੂੰ ਲੱਗਦਾ ਨਹੀਂ ਕੋਈ ਲੀਗਲੀ ਕੋਈ ਇਦਾਂ ਦਾ ਜਿਹੜਾ ਹੋ ਸਕਦਾ ਮੀਆਂ ਮੁਰਾਦ ਅਲੀ ਜੀ ਖੁਦਾ ਦੇ ਘਰ ਦੇਰ ਹੈ ਅੰਧੇਰ ਨਹੀਂ ਹਰ ਸਮੱਸਿਆ ਦਾ ਸਮਾਧਾਨ ਸਮੱਸਿਆ ਜਿਵੇਂ ਲਵ ਮੈਰਿਜ ਵਸ਼ੀਕਰਨ ਕਿਤਾ ਕਰਾਇਆ ਲੋਟਰੀ ਨੰਬਰ ਹੋਵੇ ਜਾਂ ਲੋਟੋ ਮੈਕਸ 649 मेरे और मेरे पति के बीच में बहुत अनबन रहती थी जिसकी वजह से मैं बहुत सारे तांत्रिकों से मिली पर मुझे कोई समाधान नहीं मिला। उसके बाद मैं मियां मुराद अली जी से मिली जिससे कि अब मैं अपने वैवाहिक जीवन में बहुत खुश हूँ। पहला मेरा लव मैरिज नूं लैके कोई भी काम नहीं बन रहा सी, बहुत जगह ते धक्के खाए। फिर बाद विच मैनूं किसी ने मियां मुराद जी अली बारे दस्सिया ते अज देखो मैं अपने वैवाहिक जीवन दे विच बहुत खुश हाँ। कारोबार एकदम ठप हो गया सी, असीं बड़े औखे हो गए। फिर सानूं किसी ने मियां मोहम्मद अली जी बारे दस्सिया, उन्हां ने साडी साडी समस्या दा चंगी तरहां जड़ों निपटारा कर दित्ता। हुण असीं बहुत खुश। हुणे कॉल करो 98417 18786 97797 24075।